मैं हमेशा दिखाउंदा रहना कि पिंडां दे विच जिहड़ा कला दा कोई घाटा नहीं हैगा, है ना। ते कला दा कोई घाटा नहीं पिंडां च। ते चलो अज मैं जिथे लैके आया पिंड ढडरियां। सो ये गुड्डी दे पापा जी ने, है ना, साडे कनी पापा जी कहिंदे ने, ठीक है। ते ये मुंडा चाची साडे मासी कहने चाची नूं, चल गल छोटी भैण कबड्डी वड्डी तुसीं वी गाउंदे हो, थोड़ा बहुत रिश्ता करदे होंगे ਬਰਾਦਰ। ਪਹਿਲੀ ਗੱਲ ਤਾਂ ਇੰਨੇ ਇਕੱਠੇ ਪਰਿਵਾਰ ਨੂੰ ਦੇਖ ਕੇ ਮਨ ਖੁਸ਼ ਹੋ ਗਿਆ, ਕਹਿੰਦਾ ਚਲੋ ਮੈਂ ਕਹਿੰਦਾ ਬਹਿ ਜਾਂਦੇ ਆਪਾਂ ਕਿਤੇ ਕਿਤੇ, ਨਾ ਇੱਧਰ ਇੱਧਰ ਆ ਜਾਓ, ਆ ਜਾਓ ਆ ਜਾਓ, ਆ ਇੱਧਰ ਲੈ ਆਓ ਕੁਰਸੀਆਂ। ਅੱਛਾ ਫਿਰ ਗਾਉਂਦੇ ਹੋ, ਹੈ ਸੁਣਾਓਗੇ ਕੁਛ ਅੱਜ? ਚਲੋ ਬਹਿ ਕੇ ਆਪਾਂ ਰੌਣਕ ਲਾਉਂਦੇ, ਆ ਜਾਓ ਬੀਬੀ ਸਾਰੇ ਆ ਜਾਓ, ਬੈਠੋ ਬੈਠੋ ਸਾਰੇ ਪਿੱਛੇ ਖੜੋ ਸਾਰਾ ਪਰਿਵਾਰ, ਆਪਾਂ ਵਿਆਹ ਵਾਲਾ ਮਾਹੌਲ ਬਣਾਵਾਂਗੇ, ਕੋਈ ਚੱਕਰ ਨੀ। ਕੀ ਨਾਂ ਜੀ ਤੁਹਾਡਾ? ਰਾਜਨ, ਰਾਜਦੀਪ ਕੌਰ। ਓਕੇ 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 ਓਕੇ। ਤੇ ਪਰਿਵਾਰ ਦੀ ਪੂਰੀ ਫੁੱਲ ਸਪੋਰਟ ਹੈ ਇਹਨਾਂ ਦੇ, ਇਹਨਾਂ ਦੇ ਸੁਣਾਉਂਦੇ ਇਹਨਾਂ ਨੂੰ। ਅੱਛਾ ਜੀ ਵਧੀਆ ਗਾਉਂਦੀ ਕੁੜੀ ਇਹ? ਅੱਛਾ ਚਲ ਕੋਈ ਨੀ, ਹੁਣ ਕੋਈ ਬੜੇ ਉਤਾਵਲੇ ਹੋ ਖੜੇ ਨੇ ਸਾਰੇ, ਮਤਲਬ ਦੇਖਣ ਨੂੰ ਬਣ ਤਾਂ ਵੀਡੀਓ ਆ ਰਹੀ ਹੈ, ਲਾਈਵ ਨੀ ਹੈਗਾ। ਆ ਜਾਓ ਕੁਛ ਨਾ ਕੁਛ। ਨੀ ਮੈਨੂੰ ਪਿਆਰ ਤਾਂ ਜਤਾ ਲੈਣ ਦੇ, ਨੀ ਮੈਨੂੰ ਪਿਆਰ ਤਾਂ ਜਤਾ ਲੈਣ ਦੇ, ਅੱਖ ਜੇ ਮੈਂ ਤੇਰੇ ਨਾਲ ਆਈ, ਨੀ ਮੈਨੂੰ ਅੱਖ ਤਾਂ ਲਾ ਲੈਣ ਦੇ, ਨੀ ਮੈਨੂੰ ਅੱਖ ਤਾਂ ਲਾ ਲੈਣ ਦੇ। ਤੇਰੇ ਵੱਲੋਂ ਪਾਵੇ ਕੋਈ ਪੱਕਾ ਜਾਂ ਕਰਾਰ ਨੀ, ਸਾਹਾਂ ਚ ਲਕੋ ਕੇ ਰੱਖੂੰ ਤਾਂ ਵੀ ਤੇਰਾ ਪਿਆਰ ਨੀ, ਤੇਰੇ ਵੱਲੋਂ ਪਾਵੇ ਕੋਈ ਪੱਕਾ ਜਾਂ ਕਰਾਰ ਨੀ, ਸਾਹਾਂ ਚ ਲਕੋ ਕੇ ਰੱਖੂੰ ਤਾਂ ਵੀ ਤੇਰਾ ਪਿਆਰ ਨੀ, ਨੀ ਮੈਨੂੰ ਖਾਬਾਂ ਚ ਹੀ ਆ ਲੈਣ, ਨੀ ਮੈਨੂੰ ਖਾਬਾਂ ਚ ਹੀ ਆ ਲੈਣ ਦੇ, ਜ਼ਿੰਦਗੀ ਚ ਪਾਵੇਂ ਨਾ ਤੂੰ ਆਈ, ਨੀ ਮੈਨੂੰ ਖਾਬਾਂ ਚ ਹੀ ਆ ਲੈਣ ਦੇ, ਨੀ ਮੈਨੂੰ ਅੱਖ ਤਾਂ ਲਾ ਲੈਣ ਦੇ। ਕਿਆ ਬਾਤ ਹੈ, ਤਾੜੀ ਮਾਰੇ ਕੋਲ। ਅੱਛਾ ਗੱਚ ਭਰ ਕੇ ਗਾਉਂਦੀ ਹੈ ਕੁੜੀ, ਬੇਸ ਹੈ ਬਹੁਤ ਅੱਗੇ ਜਾਊਗੀ, ਸੱਚੀ ਕਹਿੰਦਾ। ਮੈਂ ਕਹਿੰਦਾ ਵੀ ਵਾਕਈ ਤੁਸੀਂ ਜਿੰਨੀ ਤਾਰੀਫ ਕਰਦੇ ਸੀ ਉਦੋਂ ਵੱਧ ਕੇ, ਹੈ ਨਾ, ਕੰਧਾਂ 'ਤੇ ਗੁਆਂਢੀ ਚੜ੍ਹ ਜਾਂਦੇ ਹੋਣਗੇ ਫਿਰ ਜਦੋਂ ਗਾਉਂਦੀ ਹੈ। ਅੱਛਾ ਡੂੰਘੇ ਘਰਾਂ 'ਚ ਰਹਿੰਦੀ ਹੈ ਕੁੜੀ, ਪਰ ਗਾਉਂਦੀ ਵੀ ਓਨੀ ਜ਼ਿਆਦਾ ਡੂੰਘਾ, ਹੈ ਨਾ। ਮੈਂ ਥੋੜ੍ਹਾ ਜਿਹਾ ਦਿਖਾ ਦਵਾਂ ਇੱਕ ਵਾਰ, ਅਤੇ ਮੈਂ ਪਹਿਲਾਂ ਕਹਿੰਦਾ ਕਿ ਕਲਾ ਦਾ ਕੋਈ ਲੋਕੇਸ਼ਨ, ਕੋਈ ਜਾਤ, ਕੋਈ ਪਾਤ ਨਹੀਂ। ਪਹਿਲੀ ਗੱਲ ਤਾਂ ਇੰਨਾ ਹੀ ਹੌਸਲਾ ਕਿ ਆਉਣ ਸਾਰ ਹੱਥਾਂ 'ਤੇ ਚੱਕ ਲਿਆ ਨੇ, ਇਕੱਲੇ ਇਕੱਲੇ ਪਰਿਵਾਰ ਨੇ, ਨਾ। ਤੁਹਾਡਾ ਬਹੁਤ ਧੰਨਵਾਦ ਹੈ। ਅਤੇ ਪੁੱਤ ਹੋਰ ਕੁਛ ਕੀ ਸੁਣਾ ਸਕਦਾ ਕੋਈ, ਮਤਲਬ ਰੂਹਦਾਰ ਵਾਲੀ ਗੱਲ ਕੋਈ ਜਿੱਦਾਂ ਵੀ? ਅੱਛਾ ਇੱਕ ਮੈਂ ਗੱਲ ਕਰਦਾ, ਆਪਣੇ ਪਿਤਾ ਜੀ ਨੇ, ਹੈ ਨਾ, ਤੁਹਾਡੇ ਬਾਈ ਜੀ, ਇੱਕ ਤੁਹਾਨੂੰ ਕਦੇ ਐਂ ਤਾਂ ਨਹੀਂ ਲੱਗਿਆ ਵੀ ਯਾਰ ਕੁੜੀ ਕਿਹੜੇ ਕੰਮੀ ਪੈ ਗਈ? ਪੱਕਾ? ਉਹ ਬੱਲੇ 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 ਬੱਲੇ। ਬਹੁਤ ਸਾਰੀਆਂ ਕੁੜੀਆਂ ਦੇ ਸੌਂਕ ਆ ਜਿਹੜੇ ਉਹ ਦੱਬ ਕੇ ਰਹਿ ਗਏ, ਕਿਉਂਕਿ ਉਹ ਡਰਦੀਆਂ ਨੇ ਸੁਣਾਉਣ ਤੋਂ, ਸ਼ਰਮ ਆਉਂਦੀ, ਹੈ ਨਾ, ਆਪਦੇ, ਹੈ ਨਾ, ਵੀ ਮੈਨੂੰ ਕੀ ਕਹਿਣਗੇ। ਪਰ ਗਾਉਣਾ ਯਾਰ ਆਪਣੇ ਜਦੋਂ ਵਿਆਹ ਸਾਦੀ ਆਪਾਂ ਦੋਹੇ, ਹੈ ਨਾ, ਨਹੀਂ ਗਾਉਂਦੇ ਬੋਲੀਆਂ ਗਾਉਂਦੇ ਆ ਜਦੋਂ, ਹੈ ਨਾ, ਫਿਰ ਉਹਦੇ 'ਚ ਕੀ ਫਰਕ ਰਹਿ ਗਿਆ? ਪੁੱਤ ਆ ਜਾ ਹੋਰ ਇੱਕ ਦਾ ਕੋਈ ਰੰਗ, ਮੈਂ ਕਹਿੰਦਾ ਜੋ ਮਰਜ਼ੀ ਰੰਗ ਰੌਣਕਾਂ ਲਾ ਦੇ ਵਾਸਤੇ। ਹਾਂ, ਹੋ ਕਾਲਾ
शेर लैके मुंडा सौरे आनु चले आ सजरी ब्याही जोश जांदा नहीं ओ चले आ ओ काला शेर लैके मुंडा सौरे आनु चले आ सजरी ब्याही जोश जांदा नहीं ओ चले आ ओ पूरा 1.5 लाख लागे डैश पिंड च बना के 1.5 लाख लागे डैश पिंड च बना के कड दित्तियां शरीका दियां रड़का बे लुधियाना मोटा रोड ते क्या बात है जट दा बुलेट मारे भड़का भी झूड़े वाली कहती बहुता तेज नद बलो जी डर बड़ा लगता पलीज हौली चलो जी पलीज हौली चलो जी पलीज हौली चलो जी झूड़े वाली कहती बहुता तेज नद बलो जी डर बड़ा लगता पलीज हौली चलो जी ओ मेरा शमक शरीर जिवे कंध ते लकीर शमक शरीर जिवे कंध ते लकीर बहुत माड़िया पंजाब दियां सड़कां भी लुधियाना बल्ले ओ लुधियाना मोगा रोड ते जट दा बुलेट मारे बड़का भी लुधियाना मोगा रोड ते जट दा बुलेट मारे बड़का भी लुधियाना मोगा रोड ते क्या बात है जी क्या बात है अनमोल अगर माण हुण राजनीति च आ गई ते ओदी जगह हुण इहने लैणी है हैना पर इह कुड़ी ने बहुत ज्यादा शेरा करवाउणा है पहली गल तो इहदा चेहरा दग दग करदा हैना रौनक बहुत है मूँह ते मैं तां इहदी मैं संगदी होवे कलाकारी च इक चीज़ है जिहड़ा बंदा संग गया मैनूं लगदा है भी ओह तो दूजा बंदा अगे लंघ गया हैना भी संघणा नहीं ते ना ही तूं संगा हैना बहुत अगे जाऊंगे तुसीं ज्यौंदी वसदी रहो होर गल्लां बातां जी कोई आ जा मतो इधर बैठा नहीं बहुत सारे लोग एप्रीशिएट करनगे ते जल्दी तो जल्दी आप डम्मी करांगे पुत्र अपने जगराज वीर दा भाई जी दा नाम की अपने सोनी सोनी वीर ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੈਲਕਮ ਯਾਰ ਨਹੀਂ ਵੀਰੇ ਕੋਈ ਚੱਕਰ ਨਹੀਂ ਦੇਖਣਾ ਅਸੀਂ ਬਹੁਤ ਧੱਕੇ ਖਾਧੇ ਆ ਅਸੀਂ ਬਹੁਤ ਗੱਡੀਆਂ ਦੇ ਮਗਰ ਭੱਜੇ ਹਾਂ ਠੀਕ ਹੈ ਮੈਂ ਪਹਿਲਾਂ ਹਮੇਸ਼ਾ ਕਹਿੰਦਾ ਹੁੰਦਾ ਕਿ ਬੜੇ ਕਲਾਕਾਰਾਂ ਦੇ ਮੈਂ ਕੱਢੇ ਸੀਗੇ ਹਾੜੇ ਸਾਰਿਆਂ ਤੋਂ ਮਿਲੇ ਮੈਨੂੰ ਲਾਰੇ ਬਸ ਲਾਰੇ ਮੇਰੇ ਗੀਤਾਂ ਵਿੱਚ ਨਾਮ ਵੀ ਪਾ ਗਏ ਬਹੁਤ ਸਾਰੇ ਪਰ ਮੇਰਾ ਸਫਲ ਖੁਆਬ ਹੋ ਗਿਆ ਅੱਜ ਕੱਲ੍ਹ ਮੈਂ ਵੀ ਮੱਟ ਸਾਫ ਹੋ ਗਿਆ ਅਤੇ ਇਹਨਾਂ ਨੂੰ ਵੀ ਜਲਦੀ ਜਲਦੀ ਰਾਜਦੀਪ ਨੂੰ ਵੀ ਮੱਟ ਸਾਫ ਕਰ ਦੇਣਾ ਠੀਕ ਹੈ ਰਾਜਦੀਪ ਜਵੰਦਾ ਵੀ ਹੈ ਅਤੇ ਰਾਜਦੀਪ ਇਹ ਵੀ ਬਸ ਘੈਂਟ ਹੋ ਜੂ ਕੁੜੀ ਦੇਖੀ ਹੈ ਨਾ ਅਤੇ ਫਿਰ ਉਦੋਂ ਬਾਅਦ ਮੈਨੂੰ ਭੁੱਲਦੇ ਨਹੀਂ ਜਾਓਗੇ ਜੀ ਤੁਸੀਂ ਹੈ ਪੱਕਾ ਤੁਸੀਂ ਸ਼ੁਰੂਆਤ ਕਰੋਗੇ ਤਾਂ ਸਾਰੀ ਜ਼ਿੰਦਗੀ ਯਾਦ ਰੱਖਣਾ ਨਾ ਨਾ ਪੱਕਾ ਪੱਕਾ ਜਲਦੀ ਕਰਦੇ ਹਾਂ ਚਲੋ ਕਹਿੰਦੇ ਵੀ ਇਹਨਾਂ ਦਾ ਜਿਹੜਾ ਟੈਲੈਂਟ ਹੈ ਉਹ ਅੱਗੇ ਜਾਊਗਾ ਜ਼ਰੀਆ ਬਣਦਾ ਹੁੰਦਾ ਕੋਈ ਬੰਦਾ ਹੈਨਾ ਜੇ ਤੁਹਾਨੂੰ ਕੋਈ ਸਾਈਕਲ 'ਤੇ ਸ਼ਹਿਰ ਲੈ ਕੇ ਜਾਂਦਾ ਰਾਹ 'ਚ ਗੱਡੀ ਵਾਲਾ ਮਿਲ ਗਿਆ ਮੈਨੂੰ ਲੱਗਦਾ ਉਹ ਸਾਈਕਲਾਂ ਨੂੰ ਨਹੀਂ ਭੁੱਲਣਾ ਚਾਹੀਦਾ ਕਿਉਂਕਿ ਪਲੇਟਫਾਰਮ ਬਹੁਤ ਘੱਟ ਲੋਕਾਂ ਨੂੰ ਮਿਲਦਾ ਬਹੁਤ ਸੋਹਣਾ ਟੈਲੈਂਟ ਸਾਡੇ ਪੰਜਾਬ ਦੇ ਵਿੱਚ ਦਬਿਆ ਪਿਆ ਅਤੇ ਪਰ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਮੇਰੀ ਕੋਸ਼ਿਸ਼ ਇਹ ਹੈ ਕਿ ਮੈਂ ਬਹੁਤ ਧੱਕੇ ਖਾਧੇ ਸੀਗੇ ਮੈਨੂੰ ਉਹ ਧੱਕੇ ਯਾਦ ਆ ਜਾਂਦੇ ਜਦੋਂ ਇਹੋ ਜਿਹੇ ਚਿਹਰੇ ਇਹੋ ਜਿਹੇ ਟੈਲੈਂਟ ਵਾਲੇ ਲੋਕ ਮੈਨੂੰ ਮਿਲਦੇ ਨਾ ਫਿਰ ਮੇਰੇ ਅੰਦਰੋਂ ਕੁਟੁੰਬ ਵੱਜਦੀ ਹੈ ਵੀ ਇਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਸੋ ਬਹੁਤੀਆਂ ਜ਼ਿਆਦਾ ਗੱਲਾਂ ਅਸੀਂ ਪਰਦੇ ਤੋਂ ਬਾਅਦ ਕਰਾਂਗੇ ਜੀ ਅਤੇ ਫਿਲਹਾਲ ਬਹੁਤ ਸੋਹਣਾ ਗਾਇਆ ਪੁੱਤ ਜੇ ਹੋਰ ਕੀੜਾ ਕੱਢਣਾ ਹੁਣ ਦੇਖ ਲਿਆ ਇੱਕ ਅੱਧਾ ਹੈ ਹੁਣ ਤਾਂ ਮੌਕਾ ਕਿਹੜਾ ਕੋਈ ਰੂਹ ਦਾ ਅੱਛਾ ਉਹ ਅੱਜ ਉਹ ਮੇਰੇ ਵਾਲੇ ਸੁਣਾ ਰੋਟੀ ਖਾਧੀ ਕਰੀ ਆਉਂਦਾ ਉੱਚਾ ਗਿਆ ਨਾ ਸੁਰ ਉੱਚਾ ਉਹਦਾ ਚਲੋ ਕੋਈ ਗੱਲ ਨਹੀਂ ਅਤੇ ਲੰਘੇ ਪਾਣੀ ਕਿਹੜੇ ਸੁਰ 'ਤੇ ਜਾ ਤੁਹਾਨੂੰ ਉਹ ਹਾਂ ਉਹੀ ਰੱਖੇ ਪੁੱਤ ਲੰਘੇ ਪਾਣੀ ਵਾਂਗੂ ਦੂਰ ਹੋ ਗਏ ਉਹ ਸੱਜਣਾ ਵੇ ਲੰਘੇ ਪਾਣੀ ਵਾਂਗੂ ਦੂਰ ਹੋ ਗਏ ਉਹ ਸੱਜਣਾ ਵੇ ਮੁੱਕ ਨਾ ਜਾਵਾਂ ਕਿਧਰੇ ਹਿਜ਼ਰ ਤੇਰੇ ਵਿੱਚ ਰੁਕ ਹੋ ਕੇ ਤੂੰ ਖਿਲੇ ਬਹਾਰ ਜਿਹਾ ਹੋ ਇੱਕ ਰਾਜ ਜਿਹਾ ਦੇ ਜਾਸੇ ਕਾਠਰੀ ਹੋਈ ਜਿੰਦ ਨੂੰ ਪੋ ਦੀ ਧੁੱਪ ਹੋ ਕੇ ਲੰਘੇ ਪਾਣੀ ਵਾਂਗੂ ਦੂਰ ਹੋ ਗਏ ਉਹ ਸੱਜਣਾ ਵੇ ਲੰਘੇ ਪਾਣੀ ਵਾਂਗੂ ਕਿਆ ਬਾਤ ਆ ਜੀ ਹੁਣ ਐਂ ਤਾਂ ਨਹੀਂ ਵੀ ਕੰਮ ਕਰਨ ਹਟ ਜਾਂਗੇ ਨਾ ਕਿਉਂਕਿ ਮੈਂ ਤਾਂ ਇੱਥੇ ਆਏ ਸੀਗੇ ਮੱਟ ਹੋਣੀ ਮੈਂ ਤਾਂ ਬਹੁਤ ਵੱਡੀ ਸਟਾਰ ਹੋ ਗਈ ਕਿਤੇ ਸਾਰਾ ਕੁਛ ਉੱਥੇ ਬੈਠੇ ਬੈਠੇ ਮੰਗਾਵੇ ਹੈ ਪੱਕਾ ਠੀਕ ਹੈ ਜੀ ਬਹੁਤ ਬਹੁਤ ਤੁਸੀਂ ਵਧਾਈ ਦੇ ਪਾਤਰ ਹੋ ਮਿਹਨਤ ਕਰੂਗੀ ਤਾਂ ਕਦੇ ਪਿੱਛੇ ਨਹੀਂ ਰਹੂਗੀ ਮਿਹਨਤ ਹਮੇਸ਼ਾ ਰੰਗ ਲੈ ਕੇ ਆਉਂਦੀ ਕਦੋਂ ਨਹੀਂ ਕਿਉਂ ਜੀ ਚਲੋ ਜੀ ਤੁਹਾਡਾ ਬਹੁਤ ਸਾਰਾ ਟਾਈਮ ਲਿੱਤਾ ਜੀ ਮੈਂ ਮਾਫੀ ਚਾਹੁੰਦਾ
पर जिन्ना चिर 10 मिनट थोड़े बेकार नहीं जाएंगे वीडियो वो तो शेयर करो ठीक है राजदीप गुड लक है ना गुड विशेष ओके okay.